पिंड तलवंडी भाइया सरपंच अमनदीप सिंह का आरोप कि कुछ शरारती अंसर पिंड दे हो रहे विकास कार्यों नूं झूठियां शिकायतां पा के कर रहे हैं प्रभावित। कपूरथला तो गौरव मड़िया की रिपोर्ट लाइव भारत। सर एक इन्होंने इल्जाम लाया सीगा कि 10,000 इट पंचायत की इंटरलॉक जिहड़ी सीगी कि वापस करके पंचायत ने तो मुड़ के पैसे नहीं जमा करवाए भी आप गबन कर ले। सर इहो जिहा कुछ नहीं होया। 10,000 असी इट लाई सी आ नीवी नीवी जगह वा इहदे वास्ते टोटा सी 100 मीटर का कि इहनूं कंप्लीट कर लईए क्योंकि इत्थे पाणी सर खड़ जांदा आउणा जाणा औखा हुंदा हर एक नूं। ਉਹ ਸਰ ਲਾਈ ਸੀ ਜਦੋਂ ਲਾਉਂਦੇ 5 ਵਾਰਾਂ ਮਿਸਤਰੀ ਲਾਇਆ ਇੱਥੇ ਲੱਗਣ ਵਾਸਤੇ ਅਤੇ ਇਹਨਾਂ ਨੇ ਡੱਕ ਦਿੰਦੇ ਰਹੇ ਇਹ ਸਰ ਮੁੜ ਕੇ 3 ਸਾਲ ਪਈ ਰਹੀ ਆਈਟਮ ਅਤੇ ਨਹੀਂ ਲੱਗਣ ਦਿੱਤੀ। ਫਿਰ ਅਸੀਂ ਚੱਕ ਕੇ ਉਹ ਪਟੜੀ ਮੇਨ ਪਟੜੀ 'ਤੇ ਲਾ ਦਿੱਤੀ ਹੈਗੀ ਜਦਕਿ 4,000 ਇੱਟ 10 ਦੇ ਵਿੱਚੋਂ 6 ਲਈ ਆ 4,000 ਇੱਟ ਪਈ 2 ਇਹ ਪਈ ਆ ਤਾਂ 2 ਪਰਲੀ ਸਾਈਡ ਪਈ ਇਸ ਤੋਂ ਸਟਾਕ 'ਚ ਪਈ ਆ। ਕਿੰਨਾ ਚਿਰ ਉੱਥੇ ਪਈ ਆ ਇੱਟ? ਇਹ ਸਰ ਘੱਟੋ ਘੱਟ 3-4 ਸਾਲ ਹੀ ਹੋ ਗਏ ਸਰ। 4 ਸਾਲ ਹੋ ਗਏ ਜੀ ਇਹਨੂੰ ਪਈ ਨੂੰ ਚੱਕ ਕੇ ਕਿਤੇ ਨਾ ਲਾਉਣ ਦਿੰਦੇ ਆ ਤਾਂ ਨਾ ਸਰ ਇੱਥੇ ਲਾਉਣ ਦਿੱਤੀ ਆ ਤਾਂ ਨਾ ਚੱਕਣੀ ਦਿੱਤੀ ਇਹ ਜੀ। ਇਹਨਾਂ 4-5 ਵਾਰ ਪੰਚਾਇਤ ਦੇ ਕੰਮ 'ਚ ਵਿਘਨ ਪਾਇਆ ਇਸ ਗੱਲ ਤੋਂ। ਆਪਾਂ ਖੜੇ ਹਾਂ ਤੁਹਾਡੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਜੀ, ਇਸ ਦੇ ਵਿਕਾਸ ਕਾਰਜਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਇੱਥੇ ਜਿਸ ਟਾਈਮ ਮੈਂ ਸਰਪੰਚ ਬਣਿਆ ਇੱਥੇ ਕੁਛ ਨਹੀਂ ਸੀਗਾ। ਆ ਜੋ 4 ਦੀਵਾਰੀ ਆ ਬਣਿਆ ਸਾਹਮਣੇ ਆ ਜੋ ਵੀ ਆ ਸਿਰਫ ਇੱਕ ਉਹ ਸਵਾਏ ਬ੍ਰਾਂਡ ਦੇ ਕੁਛ ਨਹੀਂ ਸੀਗਾ, ਇੱਕ ਉਹ ਸੀ। ਸਾਰੀ 4 ਦੀਵਾਰੀ ਕੀਤੀ ਜੀ। ਉਹ ਸਾਹਮਣੇ ਸ਼ਮਸ਼ਾਨ ਘਾਟ ਸੰਸਕਾਰ ਵਾਸਤੇ ਬਣਾਇਆ ਸ਼ੈੱਡ, ਫਿਰ ਉਹ ਸਾਹਮਣੇ ਬੋਰ ਹੋਇਆ ਪਿਆ ਸੀ, ਮੋਟਰ ਪਾਈ, ਟੂਟੀਆਂ ਲਾਈ, ਟੈਂਕੀ ਲਾਈ, ਕੋਠੀ ਬਣਾਈ, ਜੋ ਵੀ ਹੈਗਾ ਇੱਥੇ ਫਿਲਹਾਲ ਇਹੀ ਕੀਤਾ ਜੀ। ਠੀਕ ਹੈ ਜੀ। ਅਤੇ ਆਹ ਰੁਕਣ ਦੇ ਬਾਅਦ ਅਸੀਂ ਇੱਥੇ ਪੱਕਾ ਕਰਨ ਲੱਗੇ ਸੀ ਨੀਚੇ ਤੋਂ, ਇਹਨਾਂ ਨੇ ਉੱਧਰੋਂ ਸਾਲ ਹੋ ਗਿਆ ਕੰਮ ਬੰਦ ਕਰਵਾਏ ਨੂੰ। ਕਾਰਨ ਕੀ ਹੈ ਕੰਮ ਬੰਦ ਕਰਨ? ਕਾਰਨ ਜੀ ਕੰਮ ਤਾਂ ਕੋਈ ਵੀ ਨਹੀਂ, ਹੁਣ ਤੁਸੀਂ ਤਾਂ ਸਾਰਾ ਦੇਖ ਵੀ ਲਿਆ ਵਾ, ਕੋਈ ਰੀਜ਼ਨ ਨਹੀਂ, ਸਿਰਫ ਇਹੀ ਆ ਕਿ ਮਤਲਬ ਆ ਧੱਕੇਸ਼ਾਹੀ ਆ ਵੀ ਆਪਦੇ ਪ੍ਰਸ਼ਾਸਨ ਨਾਲ ਰਲ ਕੇ ਧੱਕੇਸ਼ਾਹੀ ਹੋ ਰਹੀ ਆ, ਹੋਰ ਕੁਛ ਨਹੀਂ ਗਾ। ਅਸੀਂ ਤਾਂ ਸਰ ਚਾਹੁੰਦੇ ਜਿੰਨੀ ਛੇਤੀ ਇਨਵੈਸਟੀਗੇਸ਼ਨ ਹੁੰਦੀ ਆ ਹੋਲਵੇ ਅਸੀਂ ਪੂਰਾ ਸਹਿਯੋਗ ਦਿੰਦੇ, ਸਿਰਫ ਇਹੀ ਕੋਈ ਨਾ ਕੋਈ ਅੜਚੰਡਾ ਦਿੰਦੇ ਹਰ ਵਾਰੀ, ਜਾਂ ਆਉਂਦੇ ਨਹੀਂ ਗੇ, ਜਾਂ 1-2 ਘੰਟੇ ਲੇਟ ਆਉਂਦੇ ਆ ਤਾਂ ਮੁੜ ਕੇ ਜਦੋਂ ਆਉਂਦੇ ਅਫਸਰ ਜਾਣ ਲੱਗਦੇ ਆ ਤਾਂ ਫਿਰ ਜਾ ਕੇ ਉਹਨਾਂ ਨਾਲ ਬਦਸਲੂਕੀ ਕਰਦੇ ਆ, ਕੋਈ ਨਾ ਕੋਈ ਨਿਤ ਨਵਾਂ ਡਰਾਮਾ ਕਰਕੇ ਅਤੇ ਚਲੇ ਜਾਂਦੇ ਆ, ਮਤਲਬ ਟਾਈਮ ਸਰ ਖਰਾਬ ਕਰਦੇ ਆ। ਘੱਟੋ ਘੱਟ 4-5 ਵਾਰਾਂ SDO ਸਾਹਿਬ ਆ ਗਏ ਆ ਅਤੇ ਇਹ 1 ਦਿਨ ਮੀਟਿੰਗ ਸਿਰਫ ਮਿੰਤੀ 'ਚ ਆਏ ਆ, ਨਹੀਂ ਤਾਂ ਇਹਨਾਂ ਨੇ ਹਰ ਰੋਜ਼ ਕੰਮ ਖਰਾਬ ਕੀਤਾ। ਕਦੀ ਸਾਨੂੰ ਇਤਲਾਹ ਨਹੀਂ ਹੋਈ, ਕਦੀ ਅਸੀਂ ਲੇਟ ਆਏ ਹਾਂ, ਮੈਡਮ ਹੁਣਾਂ ਨਾਲ ਪਿਛਲੀ ਵਾਰ ਇਹਨਾਂ ਇੰਨਾ ਬਿਹੇਵ ਮਿਸਬਿਹੇਵ ਕੀਤਾ ਜੀ ਵੀ ਪੁੱਛੋ ਤੂੰ ਕਰਕੇ ਮੈਡਮ ਨੂੰ ਬੋਲੇ ਇਹ। ਪਹਿਲਾਂ ਤਾਂ 1.5 ਘੰਟਾ ਲੇਟ ਆਏ ਆ, ਜਦੋਂ ਮੈਡਮ ਜਾਣ ਲੱਗੇ ਉਦੋਂ ਅਣ ਕੇ। SDO ਮੈਡਮ ਜੀ, ਹਾਂਜੀ ਇੱਕ ਭਾਜੀ ਪਤਾ ਲੱਗਾ ਕਿ ਤੁਹਾਡੇ ਕੋਈ ਹਮਲਾ ਵੀ ਹੋਇਆ ਕੋਈ? ਉਹ ਜੀ ਸਰ ਇਹੀ ਰੰਜਿਤ ਦੇ ਵਿੱਚ ਸਰ ਇਹੀ ਸੀ ਕਿ ਪਹਿਲਾਂ ਮੇਰੇ 'ਤੇ ਇੱਥੇ ਘਰ ਹੀ ਮੇਰੇ 'ਤੇ ਪੈ ਗਏ ਸੀਗੇ, ਚਲੋ ਉਦੋਂ ਫਿਰ ਰਾਜ਼ੀਨਾਮਾ ਵੀ ਹੋ ਗਿਆ, ਮੁੜ ਕੇ ਇਹਨਾਂ ਨੇ ਬਾਅਦ ਦੇ ਵਿੱਚ ਆਪਣੇ ਝੂਠੀ ਸੱਟ ਲਾ ਕੇ। ਕਿਹੜੇ ਕਿਹੜੇ ਬੰਦੇ ਸੀ ਉਹ? ਤੇ ਹੈਗੇ ਸੀਗੇ ਅਮਰਿੰਦਰ ਸਿੰਘ, ਸ਼ਿਕਾਇਤ ਕਰਤਾ ਹੀ ਸੀਗੇ, ਅਤੇ ਫਿਰ ਮੇਰੀ ਵਾਈਫ ਜੋਬ ਕਰਦੇ ਆ, ਉਹਨਾਂ 'ਤੇ ਬਿਲਕੁਲ ਝੂਠਾ ਪਰਚਾ ਕਰਾਤਾ ਜੀ। ਉਹ ਟੀਚਰ ਦੀ ਜੋਬ ਕਰਦੇ ਜੀ, ਇਹਨਾਂ ਨੇ ਬਿਲਕੁਲ ਨਾ ਪਤਾ ਮੈਨੂੰ ਛੱਡ ਕੇ ਅਤੇ ਵਾਈਫ ਦਾ ਨਾਂ 'ਤੇ ਪਰਚਾ ਕਰਾਤਾ ਜੀ। ਮੇਰੀ ਵਾਈਫ ਦਾ ਮੇਨ ਨਾਲ ਦੂਜੀ ਗੱਲ ਇਹ ਆ ਵੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਡੀ ਪੰਚਾਇਤ ਦੇ ਵਿੱਚ 20-21 ਲੱਖ ਰੁਪਈਆ ਪਿਆ ਵਾ, ਉਹ ਸਹੀ ਤਰੀਕੇ ਦੇ ਨਾਲ ਸ਼ਮਸ਼ਾਨ ਘਰ ਦਾ ਵੀ ਕੰਮ ਹੋ ਜਾਵੇ, ਹੋਰ ਵੀ ਪਿੰਡ ਦੀ ਡਿਵੈਲਪਮੈਂਟ ਜਿਹੜੀ ਹੋ ਜਾਵੇ। ਅਸੀਂ ਪ੍ਰਸ਼ਾਸਨ ਤੋਂ ਵਾਰ ਵਾਰ ਇਹ ਮੰਗ ਕਰਦੇ ਹਾਂ ਵੀ ਜਿਹੜੀ ਮਿੰਤੀ ਆ ਉਹ ਕਰਾਈ ਜਾਵੇ, ਜੋ ਵੀ ਹਿਸਾਬ ਕਿਤਾਬ ਲੇਖਾ ਜੋਖਾ ਕੀਤਾ ਜਾਵੇ ਅਤੇ ਜਿਹੜੇ ਬਾਕੀ ਪੈਂਦੇ ਰਹਿੰਦੇ ਪੈਸੇ ਰਹਿੰਦੇ ਆ ਉਹ ਅਸੀਂ ਪਿੰਡ ਦੇ ਡਿਵੈਲਪਮੈਂਟ 'ਤੇ ਲਾ ਦਈਏ। ਅਤੇ ਬਹੁਤ ਵਧੀਆ ਗੱਲ ਵਾ, ਪਤਾ ਕੀ ਆ ਅਸਲੀ ਗੁਰੂ ਘਰ ਜਿਹੜਾ ਵਾ, ਗੁਰੂ ਘਰ ਵਾ ਜਾਂ ਇਹ ਵੀ ਸ਼ਮਸ਼ਾਨ ਘਾਟ ਜਿਹੜਾ ਇਹ ਅਸਲੀ ਘਰ ਆਪਣਾ ਵਾ, ਇਹਦੀ ਵਧੀਆ ਤਰੀਕੇ ਦੇ ਨਾਲ ਮੰਨ ਲਓ ਇਹਨੂੰ। ਸਰ ਨਹੀਂ ਤਾਂ 1 ਸਾਲ ਹੋ ਗਿਆ, 1 ਸਾਲ ਦੇ ਵਿੱਚ ਕਿਤੇ ਇਨਵੈਸਟੀਗੇਸ਼ਨ ਨਹੀਂ ਹੁੰਦੀ, ਸਿਰਫ ਸਰ ਖਰਾਬ ਕਰ ਰਹੇ ਕਿ ਇਹਨੂੰ ਨਹੀਂ ਕੰਮ ਕਰਨ ਦੇਣਾ। ਨਹੀਂ ਤਾਂ ਸਾਲ ਦੇ ਵਿੱਚ ਸਰ ਕਿੰਨਾ ਕੁ ਕੰਮ ਜਿੰਨਾ ਹੋਇਆ, ਕਿੰਨਾ ਕੁ ਕੰਮ ਮਹੀਨਾ ਨਹੀਂ 2 ਮਹੀਨੇ ਲੱਗ ਜਾਂਦੇ। ਅਸੀਂ ਇੱਕ ਦਿਨ ਵੀ ਇਹੋ ਜਿਹੇ ਨਹੀਂ ਆਇਆ ਜਿੱਦਣ ਨਾ ਸਹਿਯੋਗ ਪ੍ਰਸ਼ਾਸਨ ਦਾ ਕੀਤਾ ਹੋਵੇ, ਪਰ ਕੀ